ਤੁਸੀਂ ਜੋਗ ਦਿਓ ਕਰੋ ਕਿਰਪਾ ਦਾਨ ਕਰਦਿਆਂ ਢਿੱਲਣਾ ਲੋੜੀਏ ਤੇਰੀਆਂ ਸਭ ਗੱਲਾਂ ਮਨਜ਼ੂਰ ਮੈਨੂੰ ਵਿੱਚ ਜੋਗ ਦੇ ਕਿਵੇਂ ਰਨ ਕਰਬਾਰ ਵਿਸਾਰ ਬੈਠਾ ਮੁੜ ਮੁੜ ਗੁਰੂ ਜੀ ਨਾ ਟਕੋਰੀਏ ਆਸ ਕਰਕੇ ਡਿੱਗੇ ਆਣ ਦੁਆਰੇ ਓ ਜੋ ਉਸ ਦਾ ਚਾਨਾ ਤੋੜੀਏ ਜੀ ਅੜਕ ਨਹੀਂ ਵਗਦੇ ਜੋਗ ਸਾਰੀ ਜੇਕਰ ਨਾਲ ਪਿਆਰ ਨਾ ਟੋਰੀਏ ਜੀ ਲਾ ਤੱਕ ਨਾ ਤੂੰ
ਜਿਹੜਾ ਆਸ ਰੱਖੇ ਕਿਉਂ ਉਸ ਨੂੰ ਚਾ ਪਸੋਰੀਏ ਜੀ ਸ਼ਾਮੀਆਂ ਜਿੰਦਾ ਕੋਈ ਨਹੀਂ ਮੇਰੇ ਉਸ ਤੋਂ ਨਾ ਵਿਛੋੜੀਏ ਜੀ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਬੋਂ ਚੰਗਿਆਂ ਆਂਦਾ ਛੱਡ ਜ਼ਰਾ ਤੇ ਹੁਕਮ ਫਕੀਰ ਹੋਣਾ ਹੋ ਹੈ ਕੰਮ ਹੈ ਮਾਣੂਆ ਚੰਗੇ ਇਸ਼ਕ ਕਰਨ ਤੇਗ ਦੀ ਤਾਰ ਕੱਪਣ
ਐ ਕੰਮ ਨਹੀਂ ਭੁੱਖੇ ਨੰਗਿਆਂ ਦਾ ਓ ਇੱਥੇ ਥਾਂ ਨਾਈ ਅੜਬੰਗਿਆਂ ਦਾ ਐ ਕੰਮ ਹੈ ਸਿਰਾਂ ਤੋਂ ਲੰਘਿਆਂ ਦਾ ਇੱਥੋਂ ਜੋਗ ਕਮਾਇਆ ਨਾ ਜਾਵੇ ਮੀਆਂ ਫਾਇਦਾ ਕੀ ਜਿਹੜੇ ਮਰਨ ਸੋ ਫਕਰ ਥੀ ਹੋਣ ਵਾਕਫ ਓ ਕੰਮ ਏ ਮਰਨ ਥੀ ਸੰਗਿਆਂ ਦਾ ਸ਼ਾਹ ਜੋ ਇਸ਼ਕ ਦੇ ਰੰਗ ਰਤੇ ਕੰਡੀ ਆਪ ਹੈ ਰੰਗ ਦੇ ਰੰਗਿਆਂ ਦਾ ਨਾਤੀ ਕਾਰਡ ਕਿਸੇ ਦੋਸਤ ਦਾ ਡਿੱਗਾ ਸ਼ਹਿਜ਼ਾਦ ਅਲੀ ਦਾ ਨਾਂ ਹੈ ਜਿਸ ਦੋਸਤ ਦਾ ਸ਼ਨਾਖਤੀ ਕਾਰਡ ਹੈ ਸ਼ਹਿਜ਼ਾਦ ਅਲੀ ਦਾ ਨਾਂ ਹੈ ਇਹ ਇਸਲਾਮਾਬਾਦ ਦਾ ਭਾਈ ਹੈ ਅਤੇ ਇਹ ਜਿਹਦਾ ਕਾਰਡ ਹੈ ਉਹ ਇੱਥੇ ਸਟੇਜ 'ਤੇ ਆ ਕੇ ਅਤੇ ਵਸੂਲ ਕਰ ਸਕਦਾ ਤੂੰ ਰਾਂਝਾ
ਇੱਥੇ ਬਾਲ ਨਾਥ ਤੁਹਾਨੂੰ ਸਿੱਖਿਆ ਦੇ ਰਿਹਾ ਸੀ, ਮੇਰੇ ਬਾਦਸ਼ਾਹ ਫਰਮਾਨੇ ਨੇ ਰਾਂਝਾ ਆਉਂਦਾ ਵੀ ਮੈਂ ਸਾਰਾ ਕੁਝ ਭੁੱਲ ਕੇ ਆ ਗਿਆ, ਹੁਣ ਤਾਂ ਬਚੇ ਹੀ ਹੋਰ ਕੁਝ ਨਹੀਂ ਸਵਾ ਤੇਰੀ ਜ਼ਾਤ ਤੋਂ, ਅਤੇ ਤੂੰ ਹੀ ਤੂੰ ਦਿਸਣਾ ਜਿੱਧਰ ਝਾਤੀ ਮਾਰਨਾ, ਹੋਰ ਨਜ਼ਰ ਹੀ ਕੁਝ ਨਹੀਂ ਆਉਂਦਾ, ਅਤੇ ਮਿਹਰਬਾਨੀ ਕਰ ਤੇਰੇ ਪੱਲਿਓਂ ਕੁਝ ਨਹੀਂ ਜਾਂਦਾ, ਹੈ ਨਾ, ਤੇਰੇ ਪੱਲਿਓਂ ਜਾਣਾ ਕੁਝ ਨਹੀਂ, ਅਤੇ ਮੇਰਾ ਕੰਮ ਸੌਰ ਜਾਣਾ, ਮੇਰੀ ਜ਼ਿੰਦਗੀ ਦਾ ਸਵਾਲ ਹੈ, ਮੇਰੀ ਜ਼ਿੰਦਗੀ ਦੇ ਸਾਰੇ ਮਸਾਇਲ ਹੱਲ ਜਾਣੇ ਨੇ ਜਦੋਂ ਤੂੰ ਇੱਕ ਮਿਹਰ ਦੀ ਨਜ਼ਰ ਤੱਕੇਗਾ, ਇੱਕ ਝੁਟਕਾ ਸਾਹ ਦਾ ਲੱਗਣਾ, ਜੋੜਾ ਮੁੰਦਰਾਂ ਦਾ ਲੱਗਣਾ ਤੇਰਾ, ਤਾਂ ਹੋਰ ਵਿਗੜਨਾ ਹੀ ਕੁਝ ਨਹੀਂ, ਅਤੇ ਮੇਰਾ ਕੰਮ ਸਿੱਧਾ ਹੋ ਜਾਣਾ, ਮੈਨੂੰ ਜੋਗ ਮਿਲ ਜਾਵੇ। ਬਾਦਸ਼ਾਹ ਫਰਮਾਨੇ ਨੇ ਰਾਂਝਾ ਬਾਲ ਨਾਥ ਅੱਗੇ ਆਰਜ਼ੂ ਕਰ ਲਈ, ਆਖਦਾ ਯਾਰ ਦੇ ਮਿਲਣ ਵਾਲਾ ਕੋਈ ਦਸ ਸਵਲੜਾ ਦਾ ਨਾ ਥਾ ਕੁਝ ਨਹੀਂ ਖਰਚ ਹੋਣਾ, ਜੋੜਾ ਮੁੰਦਰਾਂ ਤੇ ਚੁਟਕਾ ਸਵਾ ਨਾਥਾ, ਆਖਿਆ ਮੈਂ ਤੇ ਆਖਿਆ ਕਾਲੂ ਬਲਾ ਨਾ ਥਾ, ਕਿਆ ਹੋਰ ਨਾ ਦਾ ਆਇਆ ਪੇਸ਼ ਮੇਰੇ, ਚੰਬੜੀਏ ਨਫਸ ਬਲਾ ਨਾ ਥਾ, ਪਹਿਲਾ ਅਰਸ਼ ਅਜ਼ੀਮ ਤੋਂ ਮਿਲੇ ਧੱਕੇ, ਥੱਲੇ ਭੋਏ ਤੇ ਮਾਰਿਆ ਚਾ ਨਾ ਥਾ,
ਪੱਲੇ ਪਾ ਪੰਜ ਸੀਰੀਆਂ ਸੇਰ ਆਟਾ ਓ ਦਿੱਤਾ ਦੇਸ ਤੋਂ ਬਾਹਰ ਕੜਾ ਨਾ ਥਾ ਬਾਂਗ ਮੁਸਾਫਿਰਾ ਦੇਸ ਛੱਡੇ ਨਹੀਂ ਵੇਖਣਾ ਗਾਇਆਣ ਹੁਣ ਤੇਰਿਆਂ ਵਿੱਚ ਕਦਮਾਂ ਓ ਖੈਰ ਮੇਰ ਦਾ ਝੁਲੜੀ ਪਾਨਾਥਾ ਨਾਮ ਯਾਰ ਦਾ ਨਾਫ ਥੀ ਸਾਫ ਨਿਕਲੇ ਜੈ ਸੀਨਿਓ ਹੋ ਹਵਾ ਸ਼ੁਗਲ ਹੱਕ ਦਾ ਵਿੱਚ ਵਜੂਦ ਕੂਕੇ ਦਸਵੀਂ ਦੁਆਰ ਤੇ ਚੜਾ ਨਾ ਥਾ
ਮੇਰੀ ਆਜਜ਼ੀ ਮਨਜ਼ੂਰ ਹੋਵੇ, ਮੇਰੀ ਆਜਜ਼ੀ ਜਜ਼ ਮਨਜ਼ੂਰ ਹੋਵੇ, ਕੌਣ ਤੁਧ ਬਾਜੋ ਦਰਦ ਖਾਨਾ ਥਾ, ਅਣ ਹੱਦ ਦਾ ਆਣ ਕੇ ਸਾਜ਼ ਵੱਜੇ, ਹੋ ਜਾਏ ਜਿਸਮ ਫਨਾ ਨਾ ਥਾ, ਦੁੱਖ ਮਸੀਬਤਾਂ ਦੂਰ ਹੋਣ, ਫਜ਼ਲ ਕਰੇ ਜੇ ਆਪ ਖੁਦਾ ਨਾਥਾ, ਤੂੰ ਬਾਲ ਨਾਥ ਨੂੰ ਜਦੋਂ ਰਾਂਝੇ ਨੇ ਆਰਜ਼ੂ ਕੀਤੀ ਤੇ ਬਾਲ ਨਾਥ ਸ਼ਹਿਜ਼ਾਦ ਅਲੀ ਦਾ ਸ਼ਨਾਤੀ ਕਿਹਦਾ ਜੀ ਤੁਹਾਡਾ ਜੀ, ਲੈ ਲਓ ਜੀ। ਤੋ ਹਜ਼ੂਰ ਫਰਮਾਉਂਦੇ ਨੇ ਕਿ ਬਾਲ ਨਾਥ ਆਂਦਾ ਬਈ ਏਡਾ ਸੌਖਾ ਕੰਮ ਨਹੀਂ, ਜੋਗ ਜ਼ਰਾ ਮੁਸ਼ਕਿਲ ਕਰਨਾ, ਜਿਹੜੀ ਤੂੰ ਮੰਗਣਾ ਕਿ ਥੋੜ੍ਹਾ ਜਿਹਾ ਮੁਸ਼ਕਿਲ, ਕੁਝ ਇਹਦੇ 'ਤੇ ਮਿਹਨਤ ਦਰਕਾਰ ਹੈ। ਬਾਦਸ਼ਾਹ ਫਰਮਾਉਂਦੇ ਨੇ ਮੇਰੇ ਸ਼ਹਿਨਸ਼ਾਹ, ਜੋਗ ਲੈਣ ਲਈ ਸਾਰਿਆਂ ਤੋਂ ਪਹਿਲਾਂ ਆਪਣੇ ਸਿਰ ਤੋਂ ਲੰਘਣਾ ਪੈਣਾ, ਆਪਣੀ ਜਾਨ ਤੋਂ ਗੁਜ਼ਰਨਾ ਪਏਗਾ, ਮਰਨ ਤੋਂ ਜਾਣ ਦਾ ਨਾਂ ਜੋਗ ਹੈ। ਤੋ ਹਜ਼ੂਰ ਵਾਰਿਸ ਸਾਹਿਬ ਬਾਦਸ਼ਾਹ ਨੂੰ ਇਸ ਤਰ੍ਹਾਂ ਬਿਆਨ ਫਰਮਾਉਂਦੇ ਨੇ, ਜੋਗ ਕਰਨ ਸੋ ਮਰਨ ਥੀ ਹੋਏ ਅਸਥਰ, ਜੋਗ ਸਿੱਖੀਏ ਸਿੱਖਣਾ ਆਇਆ,
ਨੇਚਾ ਧਾਰ ਕੇ ਗੁਰਾਂ ਦੀ ਸੇਵਾ ਕਰੀਏ। ਜੁਗੀਆਂ ਦਾ ਫਰਮਾਇਆਈ ਸਿੱਧਕ ਬਨ ਕੇ ਤੇ ਜਿਹੜਾ ਚਰਨ ਲੱਗੇ ਨਾਲ ਸਿੱਧਕ ਯਕੀਨ ਦੇ ਬਨ ਤਕਵਾ ਧਨ ਪੱਥਰੋਂ ਰੱਬ ਨੂੰ ਪਾਈ ਉਹ ਮੈਲ ਦਿਲੇ ਦੀ ਧੋ ਕੇ ਸਾਫ ਕੀਤੀ ਤੁਰਤ ਗੁਰੂ ਨੇ ਰੱਬ Thank you.
ਸੱਚਾ ਸੁਣੋ ਇਸ ਵਿੱਚ ਕਲਬੂਤ ਖਾਕੀ ਓ ਬੱਚਾ ਸੁਣੋ ਇਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਂ ਬਣਾਈ ਵਾਰਸ ਸ਼ਾਮੀਆਂ ਹਮਾਉਸਤ ਜਾਪੇ ਓ ਸਰਬ ਮੇ ਭਗਵਾਨ ਨੂੰ ਪਾਇਆਈ ਇਹਦੇ ਹੀ ਜਵਾਬ ਦੇ ਵਿੱਚ ਇਸ ਹੀ ਸ਼ੇਰ ਦਾ ਦੂਸਰਾ ਹਿੱਸਾ ਬਾਲਨਾਥ ਦੱਸ ਰਿਹਾ ਰਾਂਝੇ ਨੂੰ ਕਿ ਰੱਬ ਕਿਵੇਂ ਕਿਵੇਂ ਹਰ ਮੇ ਹਰ ਹੈ। ਬੱਚਾ ਸੁਣੋ ਇਸ ਵਿੱਚ ਕਲਬੂਤ ਖਾਕੀ, ਉੱਠ ਕੇ ਬਹੋ, ਤੁਸੀਂ ਵੀਡੀਓ 'ਚ ਲੰਮੇ ਪਾਇਆ ਹੁੰਦੇ ਹੋ, ਹਾਂਜੀ ਉੱਠ ਕੇ ਬਹੋ। ਬੱਚਾ ਸੁਣੋ ਇਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਂ ਬਣਾਇਆ ਹੀ ਵਾਰਸ ਸ਼ਾਹ ਮੀਆਂ ਹਮਾ ਔਸਤ ਜਾਪੇ ਸਰਬ ਮੇ ਭਗਵਾਨ ਨੂੰ ਪਾਇਆ ਹੀ। ਤੂੰ ਇਹਨੂੰ ਦੱਸ ਦੇ ਮੈਂ ਕਿਵੇਂ ਕਰਕੇ ਰੱਬ ਸਾਰਿਆਂ ਦੇ ਵਿੱਚ। ਹੁਣ ਇਹਦੇ ਪ੍ਰੈਕਟੀਕਲ ਹਜ਼ੂਰ ਵਾਰਸ ਸ਼ਾਹ ਦੱਸ ਰਹੇ ਨੇ ਕਿ ਕਿਸ ਕਿਸ ਤਰ੍ਹਾਂ ਰੱਬ ਆਪਣੀ ਮਖਲੂਕ ਦੇ ਵਿੱਚ ਵੱਸ ਰਿਹਾ। ਇਹ ਪ੍ਰੈਕਟੀਕਲ ਹਜ਼ੂਰ ਵਾਰਸ ਸ਼ਾਹ ਬਸ ਜ਼ਬਾਨੇ ਬਾਲਨਾਥ ਆਪਣੇ ਚੇਲੇ ਨੂੰ ਸਿੱਖਿਆ ਦੇ ਰਹੇ ਨੇ। ਤੋ ਬਾਦਸ਼ਾਹ ਫਰਮਾਉਂਦੇ ਨੇ ਮਾਲਾ ਮਣਕਿਆਂ ਦੀ ਵਿੱਚ, ਜਿਵੇਂ ਮਣਕਿਆਂ ਦੀ ਮਾਲਾ ਦੇ ਵਿੱਚ ਧਾਗਾ ਹੁੰਦਾ, ਐਵੇਂ ਕੁਦਰਤ ਇਸ ਮਖਲੂਕ ਦੇ ਵਿੱਚ ਪਹਿਲਾ ਜਿਹੜਾ ਨਾ ਆਪਣਾ ਪ੍ਰੈਕਟੀਕਲ ਹਜ਼ੂਰ ਦੱਸ ਰਹੇ ਨੇ ਕਿ ਜਿਵੇਂ ਮਾਲਾ ਮਣਕਿਆਂ ਦੀ ਵਿੱਚ ਇੱਕ ਧਾਗਾ, ਇਸ ਤਰ੍ਹਾਂ ਕੁਦਰਤ ਹੈ ਇਸ ਆਪਣੇ ਸਾਰੀ ਮਖਲੂਕ ਦੇ ਵਿੱਚ, ਇੰਜ ਹੁੰਦਾ ਬਸੇਰਾ। ਉਸਾਈ ਫਰਮਾਉਂਦੇ ਨੇ ਮਾਲਾ ਮਣਕਿਆਂ ਦੀ ਵਿੱਚ ਇੱਕ ਧਾਗਾ ਸਰਬ ਕੇ ਬੀਜ ਸਮਾ ਰਿਹਾ ਸਾ ਜਿਉਂਦਿਆਂ ਵਿੱਚ ਹੈ ਜਾਣ ਵਾਂਗੂ ਰੰਗ ਤੋਂ ਨੇੜੇ ਨਸ਼ਾ ਭੰਗ ਹਫੀਮ ਮੇ ਆ ਰਿਹਾ ਹੁਣ ਭੰਗ 'ਚ ਅਤੇ ਅਫੀਮ 'ਚ ਨਸ਼ਾ ਅੱਖਾਂ ਨਾਲ ਨਹੀਂ ਦਿਸਦਾ ਕਿ ਇਹਦੇ ਵਿੱਚ ਨਸ਼ਾ ਹੈ, ਉਹਦੇ ਵਿੱਚ ਹੈ। ਜਦੋਂ ਉਹਦਾ ਪ੍ਰੈਕਟੀਕਲ ਕਰੋਗੇ ਨਸ਼ਾ ਹੋਵੇਗਾ,
ਇਸ ਤਰ੍ਹਾਂ ਹੀ ਜਦੋਂ ਕੁਦਰਤ ਨੂੰ ਮਹਿਸੂਸ ਕਰੋਗੇ ਫਿਰ ਤੁਹਾਨੂੰ ਉਹਦਾ ਨਸ਼ਾ ਹੋਵੇਗਾ। ਇਹ ਹਜ਼ੂਰ ਵਾਰਿਸ ਸ਼ਾਹ ਬਾਦਸ਼ਾਹ ਫਰਮਾਉਂਦੇ ਨੇ ਪਏ ਬਸ ਜ਼ਬਾਨੇ ਜੋਗੀ ਬਾਲ ਨਾਥ ਸਿੱਖਿਆ ਦੇ ਰਿਹਾ। ਜਿਵੇਂ ਪੱਤਰੀ ਮਹਿੰਦੀਓ ਰੰਗ ਰਚਿਆ ਤਿਵੇਂ ਜਾਣ ਜਹਾਨ ਮੈਂ ਆ ਰਿਹਾ। ਉਹ ਜਿਵੇਂ ਰਗਤ ਸਰੀਰ ਵਿੱਚ ਸਾਂਸ ਅੰਦਰ ਤਿਵੇਂ ਜੋਤ ਮੈਂ ਜੋਤ ਸਮਾਰਿਆ। ਰਾਂਝਾ ਬਣ ਕੇ ਖਰਚ ਹੀ ਮਗ ਲੱਗਾ ਜੋਗੀ ਜੱਟ ਨੂੰ ਜੋਗੀ ਆਪਣਾ ਜ਼ੋਰ ਸਭ ਲਾ ਰਿਹਾ। ਤੇਰੇ ਦੁਆਰ ਜੋਗਾ ਹੋ ਰਿਹਾ ਹਮੇ ਨੂੰ ਘਣਾ ਸਮਝਾ ਰਿਹਾ।
ਤਾਂ ਜ਼ਾਰਾ ਬਲੀ ਖੁਦਾ ਦਾ ਹੈ ਤੇਰਾ ਨਾਮ ਲਿਆ ਦੁੱਖ ਜਾਰਿਆ ਕਰਮ ਤਿਆਗ ਸਰੀਰ ਵਿੱਚੋਂ ਤੇਰੇ ਦਰਸ਼ ਤੇ ਦੁੱਖ ਹਟਾਰਿਆ ਉਹ ਭੂਤ ਆਕਾਸ਼ ਤੇ ਨਰਾ ਕਾਸ਼ ਵੱਲੋਂ ਚਿਤ ਆਕਾਸ ਮੇ ਲਾਰਿਆ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀ ਜਾਰਿਆ ਬਾਦਸ਼ਾਹ ਫਰਮਾਉਂਦੇ ਨੇ ਕਿ ਜਿਸ ਵੇਲੇ ਵੇਖਿਆ ਇਹ ਖਾੜਾ ਨਹੀਂ ਛੱਡਦਾ ਤੇ ਫਿਰ ਆਉਂਦਾ ਆ ਜੇ ਤੂੰ ਜਾਣਨਾ ਇਹ ਕੁਝ ਗੱਲਾਂ ਨੇ ਇਹ ਪਕਾ ਲੈ ਯੋਗ ਜੇ ਚਾਹੀਦੀ ਤੇ ਇਹ ਕੰਮ ਜਿਹੜੇ ਨੇ ਲਾਜ਼ਮੀ ਕਰਨੇ ਪੈਣਗੇ ਜੋ ਕਿ ਸਿੱਖਿਆ ਦਿੰਦਾ ਬਾਲਨਾਥ ਰਾਂਝੇ ਨੂੰ ਮੈਂ ਜਨਾਬ ਦੀ ਨਜ਼ਰ ਕਰ ਰਿਹਾ ਆਖਿਆ ਆਜੇ ਜਾਨਣਾਈ ਆ
ਇਸ ਖਿਆਲ ਥੀ ਪਾਸ ਮੀਆਂ ਸਿਰ ਸਖਤੀਆਂ ਨਰਮੀਆਂ ਝੱਲਣੀਆਂ ਨੀ ਹੋ ਦੱਸਣਾ ਦਿਲੇ ਦਾ ਰਾਜ਼ ਮੀਆਂ ਕੰਮ ਨਹੀਂ ਲਾਡ ਤੇ ਨਾਜ਼ ਮੀਆਂ ਉਹ ਸਦਾ ਨਫੀ ਦੇ ਰਾਗ ਨੂੰ ਗਾਵਣਾ ਕਰਕੇ ਕੁਰੰਗ ਕਲਬੂਤ ਦਾ ਸਾਜ਼ ਮੀਆਂ ਜ਼ਿਕਰ ਸ਼ੁਗਲ ਤੇ ਫਿਕਰ ਦੇ ਵਿੱਚ ਰਹਿਣਾ ਮੀਆਂ ਇੱਥੇ ਆਪਣੇ ਆਪ ਨੂੰ ਗੱਲਣਾ ਆਈ ਚਰਖ ਤੇ ਬਾਜ਼ ਮੀਆਂ
ਕਰਕੇ ਖੁਦੀ ਤਕਬਰੋਂ ਤਰਕ ਤੋਬਾ ਰਹਿਣਾ ਨੀਵਿਆਂ ਵਿੱਚ ਨਮਾਜ਼ ਮੀਆਂ ਉਹ ਮਨ ਵਿੱਚ ਮਸੀਤ ਮਹਿਰਾਬ ਤਕਵਾ ਤੇ ਸਿਦਕ ਫਕਰ ਦਾ ਜਾਏ ਨਮਾਜ਼ ਮੀਆਂ ਇਸ ਜੋਗ ਦਾ ਚੱਲਣਾ ਰੰਗਾ ਰੰਗ ਦੇ ਸੋਜ ਗਦਾਜ਼ ਮੀਆਂ ਉਹ ਪੈਰ ਫਕਰ ਵਿੱਚ ਤੁੜਾ ਤਵਕਲੇ ਦਾ ਵਾਰਸ ਹਿਰਸ ਦਾ ਰੋੜ ਜਹਾਜ਼ ਤੋ ਕੀ ਹੋਇਆ ਮਕਬੂਲਾ ਸ਼ਾਇਰ ਏ ਜਦੋਂ ਜੋਗੀ ਨੇ ਮਿਹਰਬਾਨੀ ਕੀਤੀ ਉਹਨੂੰ ਜੋਗ ਦਿੱਤੀ ਬਾਦਸ਼ਾਹ ਫਰਮਾਉਂਦੇ ਨੇ ਚੇਲੇ ਜਿਹੜੇ ਸਨ ਉਹਨਾਂ ਤਾਨੇ ਕਰਨ ਦੇਣੇ ਸ਼ੁਰੂ ਕਰ ਦਿੱਤੇ ਵੀ ਸਾਨੂੰ ਤਾਂ ਇੰਨਾ ਇੰਨਾ ਚਿਰ ਹੋ ਗਿਆ ਤੇਰੀ ਸੇਵਾ ਕਰਦਿਆਂ ਤੇਰੀ ਖਿਦਮਤ ਗੁਜ਼ਾਰੀ ਕਰਦੇ ਹਾਂ ਅਤੇ ਜੱਟ ਕੱਲ੍ਹ ਦੇ ਆਏ ਨੂੰ ਤੂੰ ਜੋਗ ਦੇ ਦਿੱਤੀ ਹੈ ਕਿਹੋ ਜਿਹੀ ਗੱਲ ਹੈ ਬਾਦਸ਼ਾਹ ਫਰਮਾਉਂਦੇ ਨੇ ਹਾਲੀ ਦੇ ਜੋਗ ਦੇਣ ਦੀ ਤਿਆਰੀ ਕਰ ਰਿਹਾ ਬਾਲਨਾਥ ਹਾਲੀ ਜੋਗ ਦਿੱਤੀ ਨਹੀਂ ਤੋ ਬਾਦਸ਼ਾਹ ਫਰਮਾਉਂਦੇ ਨੇ ਮਕੂਲਾ ਸ਼ਾਇਰ ਹੈ ਕਿ ਜੋਗੀ ਦਿਆਂ ਚੇਲਿਆਂ ਨੇ ਕੀ ਕੀਤਾ ਜਦੋਂ ਉਹਨੇ ਨੀਯਤ ਕੀਤੀ ਕਿ ਮੈਂ ਇਹਨੂੰ ਜੋਗ ਦੇਵਾਂ ਅਤੇ ਜਿਹੜੇ ਚੇਲੇ ਸਨ ਬਾਲਨਾਥ ਦੇ ਉਹਨਾਂ ਦੀ ਗੱਲ ਹਜ਼ੂਰ ਵਾਰਿਸ ਸਾਹਿਬ ਬਾਦਸ਼ਾਹ ਫਰਮਾਉਂਦੇ ਨੇ ਮੈਂ ਜਨਾਬ ਦੀ ਨਜ਼ਰ ਕਰ ਰਿਹਾ ਚਾਰ ਜਾਂ ਮੇਰ ਕੀਤੀ ਤੇ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ ਜੀਬਾਂ ਸਾਣ ਚੜਾ ਕੇ ਗਿਰਦ ਹੋਏ ਹੋ ਜਿਵੇਂ ਤ੍ਰਿਖੀਆਂ ਤੇਜ਼ ਨੀ
ਗੁਰਦਿਉ ਜੋਗੀ ਕਰਨ ਰਾਤ ਨੂੰ ਬਹੁਤ ਖਵਾਰੀਆਂ ਆਨੀ ਵਿੱਚ ਨਰਗ ਦੇ ਹੋਵ ਸੀ ਵਾਸ ਉਹਨਾਂ ਛੱਡ ਸੂਰੀਆਂ ਉਹ ਛੱਡ ਤੁੰਬੀਆਂ ਸੂਰੀਆਂ ਚਾਰੀਆਂ ਨੀ ਸੋਹਣਾ ਰੰਗ ਉਹ ਜੱਟੇ ਟਿੜੇ ਦਾ ਜੋਗ ਦੇਣ ਦੀਆਂ ਕਰ ਤਿਆਰੀਆਂ ਦੇਣ ਨਾ ਮੂਲ ਨਮਣਿਆ ਨੂੰ ਓ ਜਿੰਨਾ ਕੀਤੀਆਂ ਮਿਹਨਤਾਂ ਭਾਰੀਆਂ ਨੀ ਰੱਬ ਨੇ ਮਾਰੀਆਂ ਨੀ ਵਾਰਸ ਸ਼ਾਹ ਖੁਸ਼ਾਮਦਾਂ ਸੋਹਣਿਆਂ ਦੀਆਂ ਗੱਲਾਂ ਹੱਕ ਦੀਆਂ ਨਾ ਨਰਵਾਰੀਆਂ ਨੀ ਬਾਲ ਨਾਥ ਦੇ ਚੇਲਿਆਂ ਨਾਲ ਰਾਂਝਾ ਬਾ ਬਾਲ ਨਾਥ ਦੋਵੇਂ ਜਣੇ ਮੁਰੀਦਾਂ ਨਾਲ ਗੱਲ ਕਰਦੇ ਨੇ ਤੂੰ ਮੇਰੇ ਬਾਦਸ਼ਾਹ ਫਰਮਾਉਂਦੇ ਨੇ
ਐਬ ਕਰਨ ਬਗਨੜੀ ਤਾਤ ਅੰਦਰ ਸਤੇ ਆਦਮੀ ਐ ਗੁਨਾਗਾਰ ਹੁੰਦੇ ਚੋਰ ਕਿਰਤ ਗੁਣ ਨੌਕਰ ਤੇ ਚੁਗਲ ਝੂਠਾ ਲਾਵੜਾ ਜਾਨੀ ਬਦਕਾਰ ਹੁੰਦੇ ਤੇ ਅਸਾਂ ਜੋਗ ਨੂੰ ਨਹੀਂ ਗਲ ਪਾ ਬੈਣਾ ਤੁਸੀਂ ਕਾਸ ਨੂੰ ਐਡ ਬਜ਼ਾਰ ਹੁੰਦੇ ਓ ਰੱਬ ਜੋ ਬਹੁਤਿਆਂ ਥੀ ਚਾਕਰੇ ਥੋੜੇ ਓ ਚਾਹੇ ਤੇ ਇੱਕ ਥੀ ਚਾਰ ਹੁੰਦੇ ਸਾਦੋ ਇਸ ਜ਼ਮਾਨੇ ਦੀ ਓ ਚਾਲੀਆ ਕਈ ਪੈਦਲ ਤੇ ਕਈ ਸਵਾ ਰੱਬ ਬਹੁਤਿਆਂ ਥੀ ਚਾਕਰੇ ਥੋੜੇ ਓ ਚਾਏ ਤੇ ਇੱਕ ਥੀ ਚਾਰ ਹੁੰਦੇ ਇੱਕ ਬਾਜ ਉਮੀਦ ਦੇ ਪਾਰ ਲੱਗਣ ਇੱਕ ਨਾਲ ਉਮੀਦ ਖਵਾਰ ਹੁੰਦੇ ਇਹੋ ਜੇ ਮੁਆਮਲੇ ਕਈ ਸਾਦੋ ਅਸਾਂ ਡਿੱਠੇ ਨੇ ਵਿੱਚ ਸੰਸਾਰ ਹੁੰਦੇ ਐਸਾ ਜੋਗ ਨੂੰ ਨਹੀਂ ਗਲ ਪਾ
ਤੁਸੀਂ ਕਾਸ ਨੂੰ ਐਡ ਬੇਜ਼ਾਰ ਹੁੰਦੇ ਵਾਰਸ ਜਿੰਨਾ ਉਮੀਦ ਨਾ ਤਾਂਗ ਕੋਈ ਕੰਮ ਤਿਨਾ ਦੇ ਆਕਬਤ ਪਾਰ ਹੁੰਦੇ ਤੋਂ ਬਾਦਸ਼ਾਹ ਫਰਮਾਉਂਦੇ ਨੇ ਥੋੜ੍ਹਾ ਜਿਹਾ ਅੱਗੇ ਟੁੱਟ ਜਾਈਏ। ਬਾਲ ਨਾਥ ਨੇ ਚੇਲਿਆਂ ਨੂੰ ਆਖਿਆ ਛੇਤੀ ਮੁੰਦਰਾਂ ਲਿਆਓ, ਮੈਂ ਇਹਦੇ ਕੰਨਾਂ 'ਚ ਪਾ ਦਿਆਂ, ਇਹਨੂੰ ਮੈਂ ਯੋਗ ਅਤਾ ਕਰਾਂ।